ਸੋਸ਼ਲ ਮੀਡੀਆ ਚਰਚਾ ਭਗਵੰਤ ਮਾਨ ਨੂੰ ਕੱਲ ਫਲਾਈਟ ਚੋਂ ਉਤਾਰ ਦਿੱਤਾ ਗਿਆ ਸ਼ਰਾਬੀ ਹੋਣ ਕਰਕੇ 4 ਘੰਟੇ ਫਲਾਈਟ ਲਈ ਇਸ ਤਰ੍ਹਾਂ ਦੀ ਗੱਲ ਹੈ ਦੇਖੋ ਮੇਰੇ ਜੋ ਮੈਂ ਵੀ ਸੋਸ਼ਲ ਮੀਡੀਆ ਰਾਹੀਂ ਵੀ ਜੋ ਦੇਖੀ ਆ ਕੁਛ ਸੱਜਣ ਉੱਥੇ ਫਰੈਂਕਫਰਟ ਏਅਰਪੋਰਟ ਤੋਂ ਮੈਨੂੰ ਵੀ ਇਹ ਜੀ ਫੋਨ ਕੁਛ ਸੱਜਣ ਸੀਗੇ ਜਿਹੜੇ ਜਹਾਜ਼ ਚੜ੍ਹ ਰਹੇ ਸੀ ਉਹਨਾਂ ਦੀ ਇਹ ਖਬਰ ਆਈ ਆ ਐਡਾ ਵੱਡਾ ਆਮ ਆਦਮੀ ਪਾਰਟੀ ਦਾ ਦਿਖਾਵੇ ਦਾ ਇਜਲਾਸ ਹੋਵੇ ਡਰਾਮੇਬਾਜ਼ੀ ਦਾ ਇਜਲਾਸ ਹੋਵੇ ਉਸ ਇਜਲਾਸ ਨੂੰ ਜਦੋਂ ਇਹਨਾਂ ਦੇ ਤਾਂ ਹਰ ਸਾਹ 'ਚ ਅਰਵਿੰਦ ਕੇਜਰੀਵਾਲ ਇਹਨਾਂ ਦੇ ਨਾਲ ਹੁੰਦਾ ਅਤੇ ਉਹਨਾਂ ਦਾ ਪ੍ਰੋਗਰਾਮ ਹੋਵੇ ਉਹਦੇ 'ਚ ਇਹਨਾਂ ਦੇ ਮੁੱਖ ਮੰਤਰੀ ਪਹੁੰਚਣ ਨਾ ਅਤੇ ਇਹਦੇ ਬੜੇ ਸਿੱਧੇ ਸੰਕੇਤ ਆ ਕੋਈ ਚੱਕਰ ਤਾਂ ਹੈ ਜੋ ਚੱਕਰ ਸੋਸ਼ਲ ਮੀਡੀਆ 'ਚ ਜਾਂ ਕੁਛ ਅਖਬਾਰ ਚੈਨਲਾਂ ਨੇ ਰਿਪੋਰਟ ਕੀਤੀ ਉਹ ਇਹੀ ਗੱਲ ਕੀਤੀ ਆ ਕਿ ਜਹਾਜ਼ ਚੜ੍ਹਨ ਵੇਲੇ ਸ਼ਾਇਦ ਕੁਛ ਵੱਧ ਖਾਧੀ ਪੀਤੀ ਗਈ ਉਹਦੇ ਕਰਕੇ ਏਅਰਲਾਈਨ ਨੇ ਉਹਨਾਂ ਨੂੰ ਜਹਾਜ਼ ਤੋਂ ਲਾਹ ਤਾ ਔਰ ਇਹੀ ਕਾਰਨ ਹੋਇਆ ਕਿ ਜਹਾਜ਼ ਉਹ ਨਹੀਂ ਚੜ੍ਹ ਸਕੇ ਉਹ ਲੇਟ ਹੋ ਗਏ ਔਰ ਉਹ ਜਹਾਜ਼ 'ਤੇ ਵੀ ਸਮਾਨ ਉਹਨਾਂ ਦਾ ਉਤਾਰਨਾ ਪੈ ਗਿਆ ਉਹਨਾਂ ਦੇ ਸਾਰੇ ਬੰਦਿਆਂ ਦਾ ਜਹਾਜ਼ 2-4 ਘੰਟੇ ਲੇਟ ਵੀ ਹੋਇਆ ਔਰ ਇਸੇ ਕਾਰਨ ਕਰਕੇ ਉਹ ਪਹੁੰਚ ਨਹੀਂ ਸਕੇ ਮੈਂ ਤਾਂ ਇਹੀ ਬੇਨਤੀ ਕਰ ਸਕਦਾ ਪਰਮਾਤਮਾ ਸਮਤ ਬਖਸ਼ਣ ਇਹ ਜੀ ਚੀਜ਼ ਦਾ ਖਾਧੇ ਪੀਤੇ ਦਾ ਕੀ ਫਾਇਦਾ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਜਰਮਨੀ ਦੇ ਫੇਰੇ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਾਇਆ ਪਹਿਲਾਂ BMW ਦੀ ਗੱਲ ਕਰਤੀ ਉਹਨਾਂ ਨੇ ਖਟਨਟ ਕਰਤਾ ਗੱਲ ਤਾਂ ਫਿਰ ਇਹੀ ਨਿਕਲ ਕੇ ਆਈ ਕਿ ਭਗਵੰਤ ਮੋਟਰ ਵਰਕਸ ਤੱਕ ਹੀ ਕੰਮ ਸੀਮਿਤ ਰਹਿ ਕੇ ਰਹਿ ਗਿਆ ਬ੍ਰਾਵੇਰੀਅਨ ਮੋਟਰ ਵਰਕਸ BMW ਨੇ ਪੰਜਾਬ 'ਚੋਂ ਨਿਵੇਸ਼ ਕਰਨ ਤੋਂ ਸਿੱਧੇ ਅਤੇ ਸਿੱਧੇ ਨਾ ਕਰਤੀ ਕਿਸੇ ਮੁੱਖ ਮੰਤਰੀ ਲਈ ਇਹ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ ਫਿਰ 70 ਸਾਲ ਦਾ ਐਡਾ ਗੌਰਵਮਈ ਇਤਿਹਾਸ ਹੈ ਸਾਡੇ ਦੇਸ਼ ਦਾ ਪੰਜਾਬ ਦਾ ਉਹਦੇ ਮੁੱਖ ਮੰਤਰੀ ਦੀ ਇਹੀ ਜੀ ਚਰਚਾ ਚੱਲੇ ਕਿ ਉਹ ਜਹਾਜ਼ 'ਤੇ ਇਸ ਲਈ ਨਹੀਂ ਚੜ੍ਹ ਪਾ ਸਕੇ ਕਿਉਂਕਿ ਉਹਨਾਂ ਨੂੰ ਡੀਪਲੇਨ ਕਰਨਾ ਪਏਗਾ ਉਹਨਾਂ ਨੂੰ ਵੱਧ ਖਾ ਪੀ ਲਈ ਕੀ ਇਹ ਗੱਲਾਂ ਸ਼ੋਭਦੀਆਂ ਨੇ ਕੀ ਇਹ ਜਰਮਨੀ ਦੀ ਫੇਰੀ ਆ ਫਿਰ ਜਰਮਨੀ 'ਚ ਕਹਿੰਦੇ ਜਾ ਕੇ ਪੰਜਾਬ ਨੂੰ ਸ਼ੋਕੇਸ ਕਰਨਾ ਪੰਜਾਬ ਦੀ ਵਿਧਾਨ ਸਭਾ ਦਾ ਤਾਂ ਰਿਕਾਰਡ ਕੱਢ ਲਓ ਉੱਥੇ ਤਾਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ ਜੇ ਪਿਛਲੀਆਂ ਨੇ ਕੀਤਾ ਕੁਛ ਨਹੀਂ ਤਾਂ ਤੁਸੀਂ ਕੀ ਸ਼ੋਕੇਸ ਕਰਨ ਗਏ ਸੀ ਕੋਈ 6 ਮਹੀਨੇ 'ਚ ਤਾਂ ਤੁਸੀਂ